ਵਕਫੇ ਤੋਂ ਬਾਅਦ ਸਵਾਗਤ ਹੈ ਜੀ। ਵਿਚਾਰ ਵਟਾਂਦਰਾ ਅਸੀਂ ਜਾਰੀ ਰੱਖਿਆ ਹੋਇਆ। ਹੁਣ ਮੈਂ ਦੇਖ ਪਾ ਰਿਹਾ ਕਿ ਕਾਫੀ ਸਾਰੇ ਕਾਲਰ ਸਾਡੇ ਨਾਲ ਜੁੜੇ ਹੋਏ ਸੀਗੇ, ਉਹਨਾਂ ਦੇ ਅਸੀਂ ਪ੍ਰਤੀਕਰਮ ਲੈ ਲਈਏ ਅਤੇ ਫਿਰ ਉਸ ਤੋਂ ਬਾਅਦ ਅਸੀਂ ਕਲੋਜ਼ਿੰਗ ਡਿਊਟੀ ਕਰਾਂਗੇ ਇਸ ਸ਼ੋਅ ਦੀ। ਅਤੇ ਮੈਂ ਸਵਾਗਤ ਕਰਨਾ ਚਾਹੁੰਦਾ ਜੀ ਜਿਹੜੇ ਕਾਲਰ ਸਾਡੇ ਨਾਲ ਜੁੜੇ ਹਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਚਾਹਾਂਗਾ ਤੁਸੀਂ ਟੀਵੀ ਸੈੱਟ ਦੀ ਵੋਲਿਊਮ ਨੂੰ ਘੱਟ ਕਰ ਦਿਓ ਤਾਂ ਕਿ ਤੁਹਾਡੀ ਆਵਾਜ਼ ਕਲੀਅਰ ਪਹੁੰਚ ਸਕੇ ਸਾਡੇ ਕੋਲ। ਹਾਂਜੀ ਹਾਂਜੀ, ਹੁਣ ਕੀ ਕਹਿਣਾ ਚਾਹੋਗੇ? ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਜੀ ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਮੈਂ ਭਾਜੀ ਕਹਿ ਰਿਹਾ ਤੁਸੀਂ ਤੀਸਰੀ ਵਾਰ ਤੇ ਸਾਡਾ ਤਵਾ ਲਾ ਰਹੇ ਹੋ, ਤੇ ਬਾਕੀ ਬਾਗਾਂ ਨੂੰ ਤੁਹਾਨੂੰ ਬਾਗ ਨਾਲ ਦੱਸੋ ਵੀ ਉਹ ਕੀ ਕਰਦੇ ਆ। ਅਸੀਂ ਤੇ ਐਂਡ ਆਫ ਦਾ ਡੇ ਗੱਲ ਕਹਿੰਦੇ ਨਾ ਮੁੱਕਦੀ ਹੈ ਕਿੱਥੇ ਨਾ ਕਿੱਥੇ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ। ਤੁਸੀਂ ਸਾਡਾ ਪਰਸੋਂ ਦਾ ਮੁੱਦਾ ਉਠਾ ਕੇ ਦੇਖੋ, ਤੁਸੀਂ ਪਰਸੋਂ ਦਾ ਮੁੱਦਾ ਉਠਾ ਕੇ ਦੇਖੋ, ਜਦ ਉਹਨਾਂ ਦਾ ਮੁੱਦਾ ਸਾਹਮਣੇ ਆਇਆ ਸੀਗਾ ਤੇ ਉਹ ਮੁੱਦਾ ਵੀ ਅਸੀਂ ਰੱਖਿਆ ਸੀਗਾ। ਅੱਜ ਅਸੀਂ ਆਮ ਆਦਮੀ ਪਾਰਟੀ ਬਾਰੇ ਗੱਲ ਕਰ ਰਹੇ ਹਾਂ। ਤੁਸੀਂ ਆਪਣੇ ਪ੍ਰਤੀਕਰਮ ਦੇ ਸਕਦੇ ਹੋ, ਤੁਸੀਂ ਦੇ ਸਕਦੇ ਹੋ, ਤੁਸੀਂ ਕਹਿ ਸਕਦੇ ਹੋ, ਆਪਣੀ ਗੱਲ ਰੱਖ ਸਕਦੇ ਹੋ, ਵੈਲਕਮ ਹੈ ਤੁਹਾਡਾ, ਔਰ ਤੁਸੀਂ ਇਸ ਮੁੱਦੇ ਦੇ ਵਿੱਚ ਆਪਣੀ ਗੱਲ ਰੱਖ ਸਕਦੇ ਹੋ। ਅਸੀਂ ਤਵਾ ਨਹੀਂ ਲਾ ਰਹੇ ਕਿਸੇ ਦੇ ਉੱਤੇ, ਅਸੀਂ ਸਿਰਫ ਇੱਕ ਗੱਲ ਨੂੰ ਦੱਸ ਰਹੇ ਹਾਂ ਦਰਸ਼ਕਾਂ ਨੂੰ, ਜੋ ਦੱਸਣੀ ਬੇਹੱਦ ਜ਼ਰੂਰੀ ਬਣ ਜਾਂਦੀ ਹੈ ਜਦ ਕੋਈ ਵੀ ਪਾਰਟੀ ਹੋਵੇ। ਆਪਾਂ ਕਹਿੰਦੇ ਕੋਈ, ਆਪਾਂ ਕਹਿੰਦੇ ਕੋਈ ਖੈਰ ਆਇਆ ਕੋਈ ਵੀ ਹੋਇਆ, ਜੀ ਇੰਨਾ ਬੰਦਾ ਕੋਈ ਵੀ ਮਾੜਾ ਹੁੰਦਾ, ਜਿਹੜਾ ਤੁਸੀਂ ਬਾਰ ਬਾਰ ਉਹ ਕਹਿ ਰਹੇ ਹੋ ਬਾਦਲ ਆ ਕਰਦੇ ਹੋ, ਦੂਜਾ ਕੇਸਰੀ ਆ ਕੀਤਾ ਆ ਕੀਤਾ। ਅਸੀਂ ਤੇ ਦਰਸ਼ਕਾਂ ਦੀ ਜਿਹੜੀ ਗੱਲ ਆ ਉਹ ਸਮਝ ਰਹੇ ਹਾਂ, ਉਹਨਾਂ ਦੇ ਅਸੀਂ ਗੱਲ ਤੁਹਾਨੂੰ ਦੱਸ ਰਹੇ ਹਾਂ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਆਮ ਆਦਮੀ ਪਾਰਟੀ ਦੇ ਵਿੱਚ ਭਵਿੱਖ ਨਜ਼ਰ ਆਉਂਦਾ ਤੁਹਾਨੂੰ, ਪੰਜਾਬ ਦੇ ਵਿੱਚ ਕਰੂਗੀ ਵਧੀਆ? ਬਿਲਕੁਲ 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 ਬਿਲਕੁਲ, ਮੈਂ ਕਹਿੰਦਾ ਭਾਈ ਬਿਲਕੁਲ, ਕਿਉਂ ਨਹੀਂ ਆ ਸਕਦਾ? ਜੇ ਬੰਦਾ ਬੰਦੇ ਚੱਕਦੇ ਹੋਣ ਬਾਹਰ ਕੋਲ ਆ ਸਕਦਾ, ਆਪਾਂ ਇਹ ਨੀ ਕਿਸੇ ਨੇ ਮਾੜਾ, ਹੋ ਸਕਦਾ ਕਿਸੇ ਨੇ ਮਾੜਾ ਵੀ ਹੋਵੇ। ਅੱਛਾ, ਤੇ ਤੁਹਾਨੂੰ ਲੱਗਦਾ ਕਿ ਵਧੀਆ ਹੋ ਸਕਦਾ ਪੰਜਾਬ ਦੇ ਵਿੱਚ? ਉਹ ਸਾਡਾ ਪੰਜਾਬ ਵਧੀਆ ਹੋ ਸਕਦਾ, ਖੈਰ ਜਿਹੜਾ ਕਹਿਣਾ ਆਪਾਂ ਭਗਵੰਤ ਮਾਨ, ਆਪਾਂ ਕਹਿੰਦੇ ਭਗਵੰਤ ਮਾਨ ਜਿਹੜਾ ਬੰਦਾ ਨਹੀਂ ਹੋ ਸਕਦਾ, ਕਹਿਣਾ ਬੰਦਾ ਵਧੀਆ ਬੰਦਾ ਟੋਪ ਦਾ। ਇਹੀ ਤੇ ਅਸੀਂ ਮੁੱਦਾ ਪਿਛਲੇ ਡੇਢ ਘੰਟਿਆਂ ਤੋਂ ਕਰ ਰਹੇ ਹਾਂ। ਤੁਸੀਂ ਮੈਨੂੰ ਲੱਗਦਾ ਹੁਣ ਟੀਵੀ ਸੈੱਟ ਔਨ ਕੀਤਾ ਮੈਨੂੰ ਲੱਗਦਾ, ਤੇ ਤੁਸੀਂ ਅਗਰ ਪਿਛਲੇ ਵਾਲਾ ਦੇਖਦੇ ਸ਼ਾਇਦ ਤੁਹਾਡੇ ਪ੍ਰਤੀਕਰਮ ਕੁਝ ਹੋਰ ਹੁੰਦੇ। ਵਟ ਵੁੱਡ ਯੂ ਵਾਂਟ ਟੂ ਕਨਕਲੂਡ ਔਨ ਦਿਸ? ਦੇਖੋ, ਸਿੱਧੀ ਸਿੱਧੀ ਗੱਲ ਹੈ, ਮੈਂ ਤੁਹਾਨੂੰ ਦੱਸਿਆ ਸੀ ਆਮ ਆਦਮੀ ਪਾਰਟੀ ਦੀ ਡਿਸਕਸ਼ਨ ਕੀਤਾ ਹੈ, ਉਹਨਾਂ ਨੂੰ ਜਿਹੜੇ ਫਾਈਨੈਂਸ਼ੀਅਲ ਡਿਸਕ੍ਰਿਪੈਂਸੀਜ਼ ਆਈਆਂ, ਇਲੈਕਸ਼ਨ ਕਮਿਸ਼ਨ ਦਾ ਨੋਟਿਸ ਹੈ, 20 ਦਿਨ ਦੇ ਵਿੱਚ ਵਿੱਚ ਉਹਨਾਂ ਨੂੰ ਜਾ ਕੇ ਕਲੀਅਰ ਕਰਨਾ ਚਾਹੀਦਾ। ਜੋ ਵੀ ਡਾਊਟਸ ਨੇ ਦੇ ਸ਼ੁੱਡ ਕਲੀਅਰ ਇਟ, ਅਗਰ ਉਹਨਾਂ ਦਾ ਮਨ ਸਾਫ਼ ਹੈ, ਅਕਾਊਂਟ ਸਾਫ਼ ਨੇ, ਕੋਈ ਐਸੀ ਚੀਜ਼ ਨਹੀਂ ਹੈ, ਤਾਂ ਦੇ ਸ਼ੁੱਡ, ਕਿਉਂਕਿ ਜਿਹੜੀ ਦਾਅਵੇ ਕਰਦੇ ਰਹੇ ਉਹ ਟਰਾਂਸਪੇਰੈਂਸੀ ਦੇ, ਅਗਰ ਉਹ ਟਰਾਂਸਪੇਰੈਂਸੀ ਹੈ ਤਾਂ ਜਸਟ ਕਲੇਮ ਇਟ। ਸਤਿ ਸ਼੍ਰੀ ਅਕਾਲ ਹਰਭਜਨ ਸਿੰਘ ਜੀ, ਸਮਾਂ ਬਹੁਤ ਘੱਟ ਹੈ, ਤੁਸੀਂ ਆਪਣੇ ਪ੍ਰਤੀਕਰਮ ਰੱਖ ਦਿਓ ਜੀ। ਚਲੋ, ਟਾਈਮ ਬਿਲਕੁਲ ਨਹੀਂ ਗਾ, ਮੈਂ ਇੱਕ ਬਹੁਤ ਹੀ ਦੋਸਤਾਂ ਦੀ ਮਹਿਫਲ ਚ ਆਇਆ ਜਿਹਨਾਂ ਨੂੰ ਮੈਂ 50 ਸਾਲ ਤੋਂ ਜਾਣਦਾ, ਉਹਨਾਂ ਦਾ ਪਿਆਰ ਔਰ ਮੁਹੱਬਤ ਮੈਂ ਕਿਸੇ ਕੀਮਤ ਨਾਲ ਪੇ ਨਹੀਂ ਕਰ ਸਕਦਾ। ਔਰ ਮੈਂ ਇੱਕ ਜਾਂਦਾ ਜਾਂਦਾ ਸ਼ਰਮਾ ਜੀ, ਔਰ ਤੁਹਾਨੂੰ ਦੋਹਾਂ ਦੇ ਨਾਂ ਇੱਕ ਗੱਲ ਕਹਿਣ ਲੱਗਾ, ਸ਼ੇਅਰ ਕਰਨ ਲੱਗਾ। ਗੁਜਰਾ ਇਧਰ ਸੇ ਗੁਜਰਾ ਥਾ, ਸੋਚਾ ਸਲਾਮ ਕਰਤਾ ਚਲੂ। ਕਿਆ ਬਾਤ ਹੈ, ਥੈਂਕ ਯੂ ਵੈਰੀ ਮਚ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ 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 ਧੰਨਵਾਦ ਤੁਹਾਡਾ ਪਿਆਰ। ਔਰ ਅਸੀਂ ਇਸ ਪਿਆਰ ਦਾ ਮੁੱਲ ਜਿਹੜਾ ਹੈ, ਔਰ ਇਸ ਪਿਆਰ ਦਾ ਜਿਹੜਾ ਤੁਹਾਡਾ ਪ੍ਰਾਈਸ ਹੈ ਨਾ, ਉਹ ਪ੍ਰਾਈਸਲੈਸ ਹੈ, ਅਸੀਂ ਦੇ ਨਹੀਂ ਸਕਦੇ। ਬਟ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਰੱਖਦੇ ਹੋ, ਸਾਰੇ ਦਰਸ਼ਕਾਂ ਨੂੰ ਧੰਨਵਾਦ। ਅਤੇ ਅੱਜ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਆਪਣੀ ਗੱਲ ਨਹੀਂ ਰੱਖ ਪਾਏ ਲੇਕਿਨ ਤੁਸੀਂ ਸਾਨੂੰ ਲਿਖਣਾ ਚਾਹੁੰਦੇ ਹੋ, ਤਾਂ info@justbroadcasting.com, harkirat@justbroadcasting.com ਦੇ ਉੱਤੇ ਲਿਖ ਕੇ ਵੀ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ, ਔਰ ਆਪਣੇ ਤਰਕ, ਪ੍ਰਤੀਕਰਮ, ਆਪਣੇ ਕੰਕਲੂਜਨ, ਫੀਡਬੈਕ ਇਸ ਮੇਲ ਦੇ ਉੱਤੇ ਦੇ ਸਕਦੇ ਹੋ। ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਮੈਨੂੰ ਹਰਕੀਰਤ ਸਿੰਘ ਆਲੂਵਾਲੀਆ, ਮੇਰੇ ਨਾਲ ਬੈਠੇ ਨਵੀਨ ਸ਼ਰਮਾ ਜੀ ਹੋਰਾਂ ਨੂੰ ਦਿਓ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ।